بسم اللہ الرحمن الرحیم السلام علیکم ناظرین پروگرام ری ਅੱਜ ਦਾ ਆਲ ਡਾਕਟਰ ਮਹਮੂਦ ਰਸ਼ੀ ਤੁਹਾਡੀ خدمت حاضر ਹੈ ਹੁਣ ਤੁਸੀਂ ਜਾਣਦੇ ਹੋ ਕਿ ਈਦੁਲ ਜ਼ਹਾ ਜਿਹਨੂੰ ਅਸੀਂ ਵੱਡੀ ਵੀ ਕਹਿੰਦੇ ਆ ਇਹਦੇ ਕੁਰਬਾਨ ਵੀ ਕਹਿੰਦੇ ਆ ਉਹਦੀ آمد آمد ਤੇ ਸੁਣਤੇ ابراہیم ਦੇ ਵਾਸਤੇ ਜਿਹੜੇ ਮੁਸਲਮਾਨ ਭਾਈ ਨੇ ਉਹ ਹਰ ਸਾਲ ਕੁਰਬਾਨੀ ਕਰਦੇ ਨੇ ਛੋਟੇ ਜਾਨਵਰ ਔਰ ਵੱਡੇ ਜਾਨਵਰਾਂ ਦੀ ਤੇ ਅੱਜ ਅਸੀਂ ਲਾਹੌਰ ਦੀ ਇੱਕ ਵੱਡੀ ਮਾਰਕੀਟ ਦੇ ਵਿੱਚ ਆਏ ਆ ਸ਼ਾਹਪੁਰ ਕਾਂਝਰਾ ਤੇ ਇੱਥੇ ਦੇਖਦੇ ਆ ਕਿ ਮਹਿਕਮਾ ਲਾਈਫ ਸਟਾਕ ਨੇ ਕਿਹੜੇ ਕਿਹੜੇ ਇਤਜ਼ਾਮਾਤ ਕੀਤੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਹੂਲਤਾਂ ਦਿੱਤੀ ਜਾ ਰਹੀਆਂ ਤੇ ਉਹ ਵਪਾਰੀ ਅਜ਼ਰਾ ਜਿਹੜੇ ਬਾਹਰੋਂ ਮਾਲ ਡੰਗਰ ਲੈ ਕੇ ਆਏ ਨੇ ਉਹਨਾਂ ਨੂੰ ਕੀ ਕੀ ਸਹੂਲਤ ਦਿੱਤੀ ਜਾ ਰਹੀ ਹੈ ਤੇ ਨਾਲ ਅਸੀਂ ਅੱਜ ਡਾਕਟਰ ਸਾਹਿਬਾਨ ਨੂੰ ਵੀ ਪੁੱਛਾਂਗੇ ਕਿ ਜੇ ਸਲ ਜਾਨਵਰ ਖਰੀਦਣਾ ਹੈ ਤੇ ਉਸ ਲਈ ਕਿਹੜੀ ਕਿਹੜੀ ਇਤਿਆਤ ਕਰਨੀ ਹੈ ਜਾਨਵਰ ਨੂੰ ਕਿਵੇਂ ਚੈੱਕ ਕਰਨਾ ਹੈ ਤੇ ਅਗਰ ਵਪਾਰੀਆਂ ਦੇ ਜਾਨਵਰ ਬਿਮਾਰ ਹੋ ਜਾਣ ਤੇ ਮਹਿਕਮਾ ਲਾਈਫ ਸਟਾਕ ਜਾਨਵਰਾਂ ਦੇ ਇਲਾਜ ਮੁਆਲਜੇ ਵਾਸਤੇ ਕਿਸ ਤਰ੍ਹਾਂ ਦੀ ਸਹੂਲਤਾਂ ਦੇ ਰਿਹਾ ਹੈ ਨਾਜ਼ਰੀਨ ਸ਼ਾਹਪੁਰ ਕਾਂਜਰਾ ਔਰ ਇੱਥੇ ਜਿਹੜੇ ਇੰਚਾਰਜ ਨੇ ਡਾਕਟਰ ਮਹਿਮੂਦ ਹਸਨ ਸਾਹਿਬ ਕਿਹੜੇ ਕਿਹੜੇ ਇੰਤਜ਼ਾਮ ਆਦ ਨੇ ਔਰ ਇਥੇ ਕੀ ਕੁਛ ਕੀਤਾ ਹੈ ਲੋਗਾਂ ਦੀ ਸਹੂਲਤ ਵਾਸਤੇ ਜਿਹੜੇ ਖਰੀਦਦਾਰ ਨੇ ਜਾਂ ਜਿਹੜੇ ਵਪਾਰੀ ਆਏ ਨੇ ਜੀ ਡਾਕਟਰ ਸਾਹਿਬ ਸਲਾਮ ਅਲੈਕੁਮ ਜੀ ਵੈਲਕਮ ਸਲਾਮ ਅ ਪਹਿਲੇ ਤਾਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਹੋ ਔਰ ਗਵਰਨਮੈਂਟ ਆਫ ਪੰਜਾਬ ਨੇ ਇਥੇ ਮੰਡੀ ਦੇ ਵਿੱਚ ਜਾਨਵਰਾਂ ਦੇ ਸਾਇਆ ਦਾ ਬੰਦੋਬਸ ਕੀਤਾ ਹੈ ਪ੍ਰਾਪਰ ਉਹਨਾਂ ਵਾਸਤੇ ਖੁਰਲੀਆਂ ਦਾ ਬੰਦੋਬਸ ਕੀਤਾ ਹੈ ਤਾਜ਼ਾ ਔਰ ਠੰਡੇ ਪਾਣੀ ਦਾ ਬੰਦੋਬਸ ਕੀਤਾ ਦਾ ਖਰੀਦਦਾਰਾਂ ਦੀ ਸਹੂਲਤ ਵਾਸਤੇ ਇਹਨਾਂ ਨੇ ਐਸ ਮੰਡੀ ਦੇ ਵਿੱਚ ਦੋ ਪੁਆਇੰਟ ਰੱਖੇ ਨੇ ਇੱਕ ਕੈਂਟਰੀ ਪੁਆਇੰਟ ਹੈ ਇੱਕ ਐਗਜ਼ਿਟ ਪੁਆਇੰਟ ਹੈ ਇਹ ਤੇ ਹੋ ਗਿਆ ਗਵਰਨਮੈਂਟ ਦੇ ਜਿਹੜੇ ਇੰਤਜ਼ਾਮਾਤ ਨੇ ਉਹਨਾਂ ਦੇ ਹਵਾਲੇ ਦੇ ਨਾਲ ਤੁਸੀਂ ਦੇਖਦੇ ਹੋਵੋਗੇ ਕਿ ਟ੍ਰੈਫਿਕ ਪੁਲਿਸ ਵੀ ਜਿਹੜਾ ਆਪਣਾ ਕੰਮ ਬਖੂਬੀ ਅੰਜਾਮ ਦੇ ਰਹੀ ਹੈ ਪੁਲਿਸ ਦਾ ਮਹਿਕਮਾ ਵੀ ਹੈ ਔਰ ਇਸ ਤੋਂ ਇਲਾਵਾ ਦੂਸਰੇ ਮਹਿਕਮਾ ਜਾਤ ਨੇ ਹੈਲਥ ਡਿਪਾਰਟਮੈਂਟ ਹੈ ਲਾਈਫ ਸਟਾਕ ਡਿਪਾਰਟਮੈਂਟ ਹੈ ਇਹ ਸਾਰੇ ਮਹਿਕਮੇ ਜਿਹੜੇ ਨੇ ਮਾਸ਼ਾਅੱਲਾ ਸੇ ਆਪਣਾ ਕੰਮ ਬਖੂਬੀ ਅੰਜਾਮ ਦੇ ਰਹੇ ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੇ ਗਰਮੀ ਬੜੀ ਸ਼ਦੀਦ ਹੈ ਤੇ ਸ਼ਦੀਦ ਮੌਸਮ ਦੇ ਵਿੱਚ ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ ਦਾ ਹੈ ਜਾਨਵਰਾਂ ਨੂੰ ਔਰ ਜਿਹੜੇ ਜਾਨਵਰ ਲੈ ਕੇ ਆਏ ਨੇ ਉਹਨਾਂ ਵਾਸਤੇ ਕੀ ਸਹੂਲਤਾਂ ਦਿੱਤੀ ਜੀ ਜਗਾ ਜਗਾ ਤੇ ਗਵਰਨਮੈਂਟ ਨੇ ਕੂਲਰ ਰੱਖੇ ਹੋਏ ਨੇ ਪਲੱਸ ਜਾਨਵਰਾਂ ਦੀ ਜਿਹੜੀ ਇਹ ਪਾਣੀ ਉਹਨਾਂ ਵਾਸਤੇ ਬਕਾਇਦਾ ਟੱਬ ਮੁਹੱਈਆ ਨੇ ਹਰ ਬਾੜੇ ਦੇ ਵਿੱਚ ਔਰ ਆਲੇ ਦੁਆਲੇ ਮੋਟਰਾਂ ਲੱਗੀਆਂ ਹੋਈਆਂ ਨੇ ਜਿਹੜੀਆਂ 24 ਘੰਟੇ ਉਹਨਾਂ ਨੂੰ ਤਾਜ਼ਾ ਠੰਡਾ ਪਾਣੀ ਮੁਹੱਈਆ ਕਰਦੀਆਂ ਪਈਆਂ ਨੇ ਤੇ ਚਾਰਾ ਜਿਹੜਾ ਉਹ ਇੱਥੇ دستیاب ਹੈ ਮਿਲ ਜਾਂਦਾ ਹੈ ਕੀਮਤਾਂ ਮਿਲਦਾ ਜੀ ਚਾਰਾ ਜਿਹੜਾ ਉਹ ਫ੍ਰੀ ਤੇ ਨਹੀਂ ਹੈ ਲੇਕਿਨ ਉਹ ਕੀਮਤਾਂ ਹੀ ਜਿਹੜਾ ਨਾ ਉਹਨਾਂ ਨੂੰ ਖਰੀਦਣਾ ਪੈਂਦਾ ਲੇਕਿਨ ਗਵਰਨਮੈਂਟ ਨੇ ਕੰਟਰੈਕਟਰਸ ਨੂੰ ਠੇਕਾ ਦਿੱਤਾ ਹੈ ਉਹ ਆਂਦੇ ਨੇ ਔਰ ਚਾਰਾ ਮੁਹੱਈਆ ਕਰਦੇ ਨੇ ਠੀਕ ਹੈ ਨਾਜ਼ਰੀਨ ਜਿਸ ਤੋਂ ਤੁਹਾਨੂੰ ਪਤਾ ਕਿ Eid ਦੇ ਵਿੱਚ ਚੰਦੀ ਨਹੀਂ ਰਹਿ ਗਏ ਨੇ ਤੇ ਡਾਕਟਰ ਸਾਹਿਬ ਕੋਲੋਂ ਇਹ ਵੀ ਪੁੱਛਣੇ ਆ ਕਿ ਜਿਸ ਲਈ ਅਸੀਂ ਜਾਨਵਰ ਕੁਰਬਾਨੇ ਦੀ ਗਰਜ਼ਨਾ ਖਰੀਦਣਾ ਹੈ ਤੇ ਉਸ ਵੇਲੇ ਕਿਹੜੀ ਕਿਹੜੇ ਇhtਿਆਤ ਕਰਨੇ ਜੀ ਜਾਨਵਰ ਜਿਹੜਾ ਹੈ ਉਹ ਇੱਕ ਪਹਿਲੀ ਗੱਲ ਤੇ ਹੈ ਕਿ ਤੁਹਾਡੇ ਦਿਲ ਨੂੰ ਚੰਗਾ ਲੱਗੇ ਜਿਹੜੀ ਚੀਜ਼ ਤੁਸੀਂ ਅੱਲਾ ਦੇ ਰਾਹ ਤੇ ਕੁਰਬਾਨ ਕਰਨੀ ਹੈ ਉਹ ਤੁਹਾਡੇ ਦਿਲ ਨੂੰ ਪਹਿਲੇ ਚੰਗੀ ਨਜ਼ਰ ਆਣੀ ਚਾਹੀਦੀ ਹੈ ਉਹਦੇ ਨੂੰ ਲੱਗੇ ਤੇ ਉਹ ਖਰੀਦੋ ਤੁਸੀਂ ਦੇਖੋ ਉਹਦੀ ਜਨਰਲ ਬਾਡੀ ਕੰਡੀਸ਼ਨ ਕੀ ਏ ਕਿਹਾ ਉਹਦੀ ਜਿਹੜੀ ਫਰ ਹੈ ਜਾਂ ਉਹਦੀ ਚਮੜੀ ਉਹ ਚਮਕ ਮਾਰਦੀ ਏ ਯਾਨੀ ਖੂਬ ਖਿਲਾਇਆ ਪਿਲਾਇਆ ਗਿਆ ਏ ਸੋਨਾ ਹੈ ਔਰ ਉਹਦੀ ਉਮਰ ਪੂਰੀ ਏ ਮਤਲਬ ਦੋਂਦਾ ਹੈ ਜਾਂ ਨਹੀਂ ਹੈ ਇਸ ਸੀਜ਼ਨ ਨੂੰ ਵੀ ਚੈੱਕ ਦੋਂਦਾ ਕੀ ਹੁੰਦਾ ਜੀ ਜੀ ਦੋਂਦਾ ਬੇਸਿਕਲੀ ਦੁੱਧ ਦੇ ਦੁੱਧ ਦੇ ਦੰਦ ਜਿਹੜੇ ਨੇ ਅਗਰ ਉਹ ਦੋ ਗਿਰ ਜਾਣ ਤੇ ਉਹਨਾਂ ਦੀ ਜਗ੍ਹਾ ਤੇ ਪਰਮਨੈਂਟ ਜਾਨਵਰਾਂ ਦੇ ਦੰਦ ਆ ਜਾਣ ਤੇ ਉਹ ਦੋਂਦਾ ਹੁੰਦਾ ਹੈ ਔਰ ਇਹ ਜਿਹੜੀ ਇਹ ਵੱਡੇ ਜਾਨਵਰ ਨੇ ਜਿਹੜੇ ਬੱਚਾ ਹੈ ਉਹਦੀ ਉਮਰ ਜਦੋਂ 18 ਤੋਂ ਲੈ ਕੇ 24 ਮਹੀਨੇ ਤੱਕ ਹੋ ਜਾਂਦੀ ਹੈ ਤਾਂ ਉਦੋਂ ਉਹਦੇ ਦੁੱਧ ਦੇ ਦੋ ਦੰਦ ਗਿਰਦੇ ਨੇ ਔਰ ਪਰਮਨੈਂਟ ਦੋ ਦੰਦ ਜਿਹੜੇ ਨੇ ਉਹ ਆ ਜਾਂਦੇ ਐ ਇਸੇ ਜਾਨਵਰ ਨੂੰ ਦੋਂਦਾ ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਬੱਕਰਾਏ ਤੇ ਬਕਰੇ ਦੇ ਦੋ ਦੰਦ ਜਿਹੜੇ ਨੇ ਉਹ 10 ਤੋਂ ਲੈ ਕੇ 12 ਜਾਂ 14 ਮਾਂ ਦੀ ਉਮਰ ਚ ਗਿਰਦੇ ਨੇ ਤੇ ਉਹ ਦੋਂਦਾ ਹੋ ਜਾਂਦਾ ਹੈ لہذا ਜਾਨਵਰ ਜਿਹੜਾ ਹੈ ਉਹ ਆਪਣੀ ਮੈਚਿਓਰਿਟੀ ਦੀ ਉਮਰ ਦੇ ਵਿੱਚ ਪਹੁੰਚੇ ਤੇ ਫਿਰ ਉਹਨੂੰ ਕੁਰਬਾਨੀ ਦੇ ਵਾਸਤੇ ਅੱਛਾ ਇਹ ਤੇ ਗੱਲ ਡਾਕਟਰ ਸਾਹਿਬਸੇ ਪਵਾ ਗਈ ਕਿ ਜਾਨਵਰ ਦੀ ਉਮਰ ਦਾ ਤੈਅਨ ਕਰ ਲਿਆ ਤੇ ਕੋਈ ਚਲਾ ਫਰਾ ਕੇ ਵੀ ਵੇਖਣਾ ਨਾਲ ਟਾਈਮ ਦੱਸੋ ਕਿ ਰਾਤ ਨੂੰ ਜਾਨਵਰ ਖਰੀਦਣੇ ਚਾਹੀਦੇ ਨੇ ਜਾਂ ਦਿਨ ਵੇਲੇ ਜੀ ਇਹ ਬੜਾ ਟੈਕਨੀਕਲ ਸਵਾਲ ਤੁਸੀਂ ਕੀਤਾ ਹੈ ਮਾਸ਼ਾਅੱਲਾ ਦੇਖਣਾ ਚਾਹੀਦਾ ਹੈ ਕਿ ਜਿਹੜਾ ਜਾਨਵਰ ਤੁਸੀਂ ਪਸੰਦ ਕੀਤਾ ਹੈ ਉਹਨੂੰ ਚਲਾ ਕੇ ਦੇਖੋ ਕਿਤੇ ਲੰਗੜਾ ਤਾਂ ਨਹੀਂ ਹੈ ਉਹਨੂੰ ਕੋਈ ਫ੍ਰੈਕਚਰ ਤਾਂ ਨਹੀਂ ਹੋਇਆ ਕੋਈ ਉਹ ਹੋਰ ਬਿਮਾਰੀ ਤੇ ਨਹੀਂ ਨੱਕ ਦੇ ਵਿੱਚੋਂ ਪਾਣੀ ਤੇ ਨਹੀਂ ਆ ਰਿਹਾ ਖਾਂਸੀ ਤੇ ਨਹੀਂ ਕਰ ਰਿਹਾ ਉਹਨੂੰ ਮੋਕ ਤੇ ਨਹੀਂ ਲੱਗੀ ਹੋਈ ਇਹ ਸਾਰੀਆਂ احتیاطਾਂ ਕਰਨੀਆਂ ਨੇ ਤੁਸੀਂ ਜਲਦੀ ਵਿੱਚ ਨਹੀਂ ਖਰੀਦਣਾ ਔਰ ਕੋਸ਼ਿਸ਼ ਕਰੋ ਕਿ ਤੁਸੀਂ ਦਿਨ ਨੂੰ ਆਓ ਜਾਂ ਰਾਤ ਨੂੰ ਆਓ ਮناسب ਰੋਸ਼ਨੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਔਰ ਜਾਨਵਰ ਦੀ ਹੂਬ ਤਸੱਲੀ ਕਰ ਲੋ ਕਿਉਂਕਿ ਐਸਾ ਵੀ ਦੇਖਣ ਨੂੰ ਮਿਲਿਆ ਹੈ ਕਿ ਜਾਨਵਰ ਖਰੀਦ ਕੇ ਲੈ ਜਾਂਦੇ ਨੇ ਔਰ ਬਸ ਉਹ ਖੂਬਸੂਰਤ ਦੇ ਕੇ ਉਹ ਲੈ ਗਿਆ ਬਾਕੀ ਚੀਜ਼ਾਂ ਨਹੀਂ ਦੇਖਦੇ ਹਨੇਰੇ ਵਿੱਚ ਵੀ ਕਿ ਉਹ ਜਾ ਕੇ ਉਹ ਪਤਾ ਚੱਲਦਾ ਜੀ ਜਾਨਵਰ ਤੇ ਜਿਹੜਾ ਅਸੀਂ ਖਰੀਦ ਕੇ ਲੈ ਕੇ ਆ ਉਹ ਬਿਮਾਰ ਹੈ ਨਾਜ਼ਰਨ ਅਸਲੇ ਸੇ ਸ਼ਾਹਪੁਰ ਕਾਂਜਰਾ ਮੁੱਸੀ ਮੰਡੀ ਦੇ ਵਿੱਚ ਮੌਜੂਦ ਆ ਤੇ ਸਾਡੇ ਉਹ ਭਰਾ ਜਿਨ੍ਹਾਂ ਨੇ ਜਾਨਵਰ ਹਲੇ ਤੱਕ ਨਹੀਂ ਖਰੀਦੇ ਖਰੀਦਣੇ ਨੇ ਅਸੀਂ ਉਹਨਾਂ ਦੀ ਸਹੂਲਤ ਵਾਸਤੇ ਡਾਕਟਰ ਮਮਦੁੱਲ हसन ਸਾਹਿਬ ਨਾਲ ਗੱਲਬਾਤ ਕਰ ਰਹੇ ਆ ਤੇ ਤੁਸੀਂ ਇਹਨਾਂ ਦੀ ਗੱਲਬਾਤ ਜ਼ਰਾ ਸੁਣੋ ਗੌਰ ਨਾਲ ताकि ਤੁਸੀਂ ਜਾਨਵਰ ਖਿਦਣ ਲਵੇਲੇ ਤੁਹਾਨੂੰ ਪਤਾ ਹੋਵੇ ਕਿ ਕਿਸ ਨਾ ਦਾ ਜਾਨਵਰ ਲੈਣਾ ਹੈ اچھا ਡਾਕਟਰ ਸਾਹਿਬ ਕੁਝ ਵੱਡੇ ਜਾਨਵਰ ਫੀਮੇਲ ਅਸੀਂ ਲੈਣੇ ਆ ਗਾਏ ਵਗੈਰਾ ਤੇ ਅਗਰ ਉਹ ਗੱਭਣ ਦਾ ਮਤਲਬ ਅੰਦੇਛਾ ਹੋਵੇ ਤੇ ਉਹਦਾ ਹੱਲ ਕੀ ਜੀ ਤੁਸੀਂ ਦੇਖਿਆ ਹੋਣਾ ਤੁਹਾਡੇ ਪਿੱਛੇ ਲਿਖਿਆ ਦਾ ਕਿ ਇਲਾਜ ਮਾਲਦਾ ਮਾਦਾ ਜਾਨਵਰੋਂ ਮੇ ਹਮਲਾ ਟੈਸਟ ਔਰ ਚਿਚੜਾ ਅਗਰ ਚਿਚੜ ਕਿਸੇ ਨੂੰ ਪੇ ਹੋਣ ਤੇ ਉਹਦਾ ਟੈਸਟ ਉਹਨੂੰ ਅਸੀਂ ਸਪਰੇ ਵੀ ਮੁਫਤ ਕਰ ਰਿਹਾ ਮੈਂ ਕਿ ਮੈਂ ਨਿਯਮਿਤ ਤੌਰ ਤੇ ਇਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹਾਂ ਕਿ ਹਾਮਲਾ ਜਾਨਵਰ ਵੀ ਆ ਸਕਦੇ ਨੇ ਲਿਹਾਜ਼ਾ ਉਹਨਾਂ ਦਾ ਟੈਸਟ ਵੀ ਕੀਤਿਆਂ ਬਗੈਰ ਜਾਨਵਰ ਅਸੀਂ ਨਹੀਂ ਭੇਜਦੇ ਉਹਦੇ ਪੈਸੇ ਕਿੰਨੇ ਨੇ ਜੀ ਬਿਲਕੁਲ ਮੁਫਤ ਹੈ ਅਗਰ ਕੋਈ ਜਾਨਵਰ ਮਦਦ ਕੋਈ ਕੁਰਬਾਨੀ ਦੇ ਗਰਦ ਵਾਸਤੇ ਖਰੀਦਦਾ ਹੈ ਤਾਂ ਉਹ ਇੱਕ ਕੈਂਪ ਦੇ ਉੱਤੇ ਇਤਲਾਾ ਦੇਵੇ ਅਸੀਂ ਚੱਲ ਕੇ ਜਾ ਕੇ ਉਸ ਜਾਨਵਰ ਦਾ ਮੁਫਤ ਹਾਮਲਾ ਟੈਸਟ ਕਰਾਂਗੇ ਔਰ ਇਸ ਚੀਜ਼ ਨੂੰ 100% ਅਸੀਂ ਯਕੀਨੀ ਬਣਾਵਾਂਗੇ ਤੇ ਫਿਰ ਜਿਹੜਾ ਤੁਹਾਨੂੰ ਅਸੀਂ ਐਡਵਾਈਸ ਕਰਾਂਗੇ ਕਿ ਇਹ ਜਾਨਵਰ ਪ੍ਰੈਗਨੈਂਟ ਹੈ ਜਾਂ ਨਹੀਂ ਹੈ ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਵਪਾਰੀ ਜਿਹੜੇ ਜਾਨਵਰ ਇੱਥੇ ਲੈ ਕੇ ਆਉਂਦੇ ਨੇ ਤੇ ਅਗਰ ਕੋਈ ਜਾਨਵਰ ਬਿਮਾਰ ਹੋ ਜਾਵੇ ਕੋਈ ਵੀ ਮਰਜ਼ ਲੱਗ ਜਾਏ ਤੇ ਫਿਰ ਉਹਦਾ ਇਲਾਜ ਤੁਸੀਂ ਜਿਹੜਾ ਉਹ ਕਿਸ ਤਰ੍ਹਾਂ ਕਰਦੇ ਹੋ ਤੇ ਕੀ ਉਹਦੀ ਕੀਮਤ ਵਸੂਲ ਕੀਤੀ ਜਾਂਦੀ ਜੀ ਅਸੀਂ ਇੱਥੇ ਬੈਠੇ ਆ ਔਰ ਸਾਰੇ ਜਿਹੜੇ ਮੰਡੀ ਦੇ ਵਿੱਚ ਐਲਾਨਾਤ ਵੀ ਅਸੀਂ ਆਪਣੀ ਐਮਵੀਡੀ ਦੇ ذریعے ਕਰਵਾਉਂਦੇ ਰਹਿੰਦੇ ਆ ਇਲਾਜ ਵੀ ਅਸੀਂ ਮੁਹੱਈਆ ਕਰਦੇ ਰਹਿੰਦੇ ਆ ਲਿਆਦਾ ਕੋਈ ਜਾਨਵਰ ਅਗਰ ਖੁਦਾ ਨਾ ਹਾਸਤਾ ਬਿਮਾਰ ਹੋ ਜਾਏ ਤੇ ਅਸੀਂ ਉਸ ਨੂੰ ਪਹਿਲੇ ਡਾਇਗਨੋਸ ਕਰਨੇ ਆ ਉਹ ਫਿਰ ਅਕੋਰਡਿੰਗਲੀ ਉਹਦਾ ਇਲਾਜ ਕਰਨੇ ਆ ਹੁਣ ਤੱਕ ਜਿਹੜੇ ਜ਼ਿਆਦਾ ਰਿਪੋਰਟ ਹੋਏ ਨੇ ਜਾਨਵਰ ਦੀ ਬਿਮਾਰੀ ਦੇ ਉਹ ਹੈ ਉਹ ਲੰਗੜਾਪਨ ਜਾਂ ਥਕਾਵਟ ਜਾਂ ਹਲਕਾ ਫੁਲਕਾ ਬੁਖਾਰ ਚੁਕੇ ਦੂਰ ਦਰਾਜ਼ ਜਿਹੜੇ ਇਲਾਕੇ ਨੇ ਉਹਨਾਂ ਵਿੱਚੋਂ ਆਂਦੇ ਨੇ ਜਾਨਵਰ ਤੇ ਖੜੇ ਹੋ ਕੇ ਆਂਦੇ ਨੇ ਟਰੱਕਾਂ ਦੇ ਵਿੱਚ ਲੇਮਨਸ ਦੇ ਕੇਸਸ ਆਂਦੇ ਨੇ ਤੇ ਉਸ ਅਕੋਰਡਿੰਗਲੀ ਅਸੀਂ ਉਹਨੂੰ ਟਰੀਟ ਕਰ ਦਿੰਨੇ ਆ ਜਿਹੜੇ ਜਾਨਵਰ ਬਿਮਾਰ ਹੋਣ ਅਸੀਂ ਔਰ ਚੱਲ ਕੇ ਇੱਥੇ ਨਾ ਆ ਸਕਣ ਅਸੀਂ ਉਹ ਥਰੂ ਆਪਣੇ ਸਟਾਫ ਦੇ ਜ਼ਰੀਏ ਔਰ ਆਪਣੀ ਐਮਵੀਡੀ ਦੇ ਜ਼ਰੀਏ ਅਸੀਂ ਉਥੇ ਐਡ ਡੋਰ ਸਟੈਪ ਵੀ ਉਹਨਾਂ ਦੇ ਬਾੜੇ ਤੇ ਹੀ ਅਸੀਂ ਉਹਦਾ ਇਲਾਜ ਦਾ ਬੰਦੋਬਸ ਕਰਨੇ ਆ ਔਰ ਇਹ ਬਿਲਕੁਲ ਮੁਫਤ ਹੈ। ਨਾਜ਼ਰੀਨ ਐਸ ਵੈਲ ਅਸੀਂ ਸ਼ਾਹਪੁਰ ਕਾਂਜਰਾ ਮੋਹਸੀ ਮੰਡੀ ਲਾਹੌਰ ਦੇ ਵਿੱਚ ਮੌਜੂਦ ਆ ਤੇ ਤੁਸੀਂ ਮੇਰੇ ਦਾਇਮ-ਬਾਇਂ ਦੇਖ ਰਹੇ ਹੋ ਇੱਥੇ ਬੈਲ ਨੇ ਤੇ ਪੁੱਛਨੇ ਆਗੇ ਇਹ ਬੈਲ ਜਿਹੜੇ ਨੇ ਕਿੱਥੋਂ ਲੈ ਕੇ ਆਏ ਨੇ ਤੇ ਇਹਨਾਂ ਦਾ ਇਸਮ ਇਗਰਾਮੀ ਕੀ ਹੈ ਜੀ ਅਸਲਾਮੁਅਲੈਕਮ ਜੀ ਵੈਲਕਮ ਸਲਾਮ ਕੀ ਨਾਮ ਤੁਹਾਡਾ ਮੁਹੰਮਦ ਵਕਾਸ ਤੇ ਤੁਸੀਂ ਕਿੱਥੋਂ ਤਸ਼ਰੀਫ ਲੈ ਆਏ ਹੋ ਬਾਵਲ ਨਗਰ ਤੋਂ ਜੀ ਤੇ ਇਹ ਜਿਹੜੇ ਜਾਨਵਰ ਮੈਸੇਜ ਦੇਖ ਰਹੇ ਆ ਤੇ ਇਹ ਬੜੇ ਖੂਬਸੂਰਤ ਜਾਨਵਰ ਨੇ ਤੁਸੀਂ ਖੁਦ ਪਾਲਨੇ ਜੀ ਅਲਹਮਦੁਲਿਲਾ ਇਹਨਾਂ ਨੂੰ ਕੀ ਖੁਰਾਕ ਦਿੰਦੇ ਹੋ ਜੀ ਇਹਨਾਂ ਨੂੰ ਖੁਰਾਕ ਜਿਹੜੀ ਹੈ ਨਾ ਵੰਡਾ ਸਾਇਲਜ ਤੇ ਕੈਲਸ਼ੀਅਮ ਮਿਨਰਲ ਮਿਨਰਲਸ ਵਗੈਰਾ ਦੇਨੇ ਆ ਅੱਛਾ ਅ ਇਹ ਦੱਸੋ ਕਿ ਜਿਹੜੇ ਲੋਗ ਇਹ ਜਾਨਵਰ ਖਰੀਦ ਕੇ ਆਪਣੇ ਘਰ ਲੈ ਜਾਂਦੇ ਨੇ ਇੱਕ ਦਿਨ ਜਾਂ ਦੋ ਦਿਨ ਰੱਖਦੇ ਨੇ ਉਹ ਇਹਨਾਂ ਨੂੰ ਕੀ ਖਿਲਾਣ ਉਹ ਇਹਨਾਂ ਨੂੰ ਜੀ ਚਾਰਾ ਚਾਰੇ ਦੇ ਉੱਤੇ ਜਿਹੜਾ ਹੈ ਨਾ ਚੋਕਰ ਖਲ ਵਗੈਰਾ ਡਾਲਨ ਤੇ ਖਾਸ ਤੌਰ ਤੇ ਜਿਸ ਤਰ੍ਹਾਂ ਅੱਜ ਕੱਲ ਮੌਸਮ ਚੱਲ ਰਿਹਾ ਹੈ ਉਸ ਦੇ ਹਿਸਾਬ ਨਾਲ ਇਹਨਾਂ ਦੇ ਉੱਤੇ ਮਤਲਬ ਪੱਖਾ ਲਾਜ਼ਮੀ ਲਗਾਇਆ ਜਾਏ ਠੀਕ ਹੈ ਨਾ ਨਹੀਂ ਤੇ ਡੀ ਹਾਈਡਰੇਸ਼ਨ ਹੋ ਜਾਂਦੀ ਜਾਨਵਰ ਨੂੰ ਜਿਹੜਾ ਹੈ ਨਾ ਗਰਮੀ ਦੀ وجہ ਤੋਂ ਹਬਸ ਹੁੰਦੀ ਹੈ ਘਰਾਂ ਦੇ ਵਿੱਚ ਤੇ ਇਹਨਾਂ ਦੇ ਪੱਖਾ لازਮੀ ਲਗਾਇਆ ਜਾਏ ਬੇਸ਼ੱਕ فرش ਦਾ ਕੋਈ ਮਸਲਾ ਨਹੀਂ ਹੈ فرش דוਗੇ ਪ੍ਰਾਪਰ ਪੱਖਾ ਲੱਗ ਜਾਵੇ ਬੜੀ ਗੱਲ ਹੈ ਕੀ ਨਾਮ ਤੁਹਾਡਾ ਮੁਹੰਮਦ ਅਰਸਲਾਨ ਅੱਛਾ ਅਰਸਲਾਨ ਸਾਹਿਬ ਕਿੱਥੋਂ ਆਏ ਜੀ ਅਸੀਂ ਖਾਨੇਵਾਲੋ ਜੀ ਖਾਨੇਵਾਲ ਹਾਂਜੀ ਅੱਛਾ ਕਿਹੜੇ ਜਾਨਵਰ ਲਿਆਏ ਅਸੀਂ ਆਏ ਸਾਈਵਾਲ ਦੇ ਅੱਛਾ ਸਾਈਵਾਲ ਦੇ ਹਾਂਜੀ ਅੱਛਾ ਇਹ ਮੈਂ ਪੁੱਛਣਾ ਚਾਹਾਂਗਾ ਅਰਸਲਾਨ ਸਾਹਿਬ ਕਿ ਜਾਨਵਰ ਅਗਰ ਤੁਹਾਡਾ ਠਿਲਾ ਮੱਠਾ ਹੋ ਜਾਏ ਤੇ ਫਿਰ ਮਹਿਕਮਾ ਲਾਈਫਸਟਾਕ ਵਾਲੇ ਨੇ ਇਥੇ ਡਿਸਪੈਂਸਰੀਆਂ ਕਾਇਮ ਕੀਤੀ ਹੈ ਤੇ ਉੱਥੇ ਜਾਂਦੇ ਹੋ ਜੀ ਆ ਜਾਣੇ ਹੈ ਤੇ ਕੋਈ ਦਵਾਈຊੋ ਹੀ ਦਿੰਦੇ ਨੇ ਕਿ ਨਹੀਂ ਜੀ ਅੱਛੇ ਟਰੀਟਮੈਂਟ ਕਰ ਰਹੇ ਨੇ ਤੇ ਕੋਈ ਪੈਸੇ ਪੁੱਸੇ ਵੀ ਲੈਂਦੇ ਨੇ ਜਾਂ ਮੁਫਤੇ ਪੈਸੇ ਨਹੀਂ ਲੈਂਦੇ ਮੁਫਤ ਹੀ ਦੇਣਾ ਇਹ ਵੀ ਦੱਸੋ ਕਿ ਜਾਨਵਰਾਂ ਦਾ ਜਿਹੜਾ ਚਾਰਾ ਹੈ ਉਹ ਵੀ ਆਰਾਮ ਨਾਲ ਮਿਲ ਜਾਂਦਾ ਜੀ 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 ਮਿਲ ਜਾਂਦਾ ਹੈ ਜੀ ਅੱਛਾ ਕੋਈ ਕੀਮਤ ਜ਼ਿਆਦਾ ਤੇ ਨਹੀਂ ਲਾਂਦੇ ਨਹੀਂ ਠੀਕ ਹੀ ਆਗੀ ਨਾਜ਼ਰin ਐਸ ਵੇਲੇ ਅਸੀਂ ਬਕਰਮੰਡੀ ਦੇ ਵਿੱਚ ਮੌਜੂਦ ਆ ਤੁਸੀਂ ਮੇਰੇ ਦਾਇਆ ਬਾਇ ਜਿਹੜੇ ਸਾਰੇ ਬੱਕਰੇ ਦੇਖ ਰਹੇ ਹੋ ਤੇ ਸਾਬਰ ਅਸਮ ਸਾਹਿਬ ਡਾਕਟਰ ਸਾਹਿਬ ਜਿਹੜੇ ਨੇ ਬੜੇ ਸੀਨੀਅਰ ਡਾਕਟਰ ਨੇ ਔਰ ਬੜੇ ਤਜਰਬੇਕਾਰ ਡਾਕਟਰ ਨੇ ਤੇ ਇਹਨਾਂ ਨੂੰ ਪੁੱਛਣਿਆ ਕਿ ਜਿਹੜੇ ਬੱਕਰੇ ਨੇ ਇਹ ਇੱਥੇ ਜਿਹੜੇ ਜਾਨਵਰ ਨੇ ਚਾਹ ਬੱਕਰੇ ਨੇ ਜਾਂ ਵੱਡੇ ਜਾਨਵਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਸਹੂਲਤਾਂ ਬਹਮ ਪਹੁੰਚਾ ਰਹੇ ਨੇ ਮਹਿਕਮਾ ਲਾਈਫਸਟਾਕ ਦੀ ਤਰਫੋਂ ਜੀ ਡਾਕਟਰ ਸਾਹਿਬ ਮਹਿਕਮਾ ਲਾਈਫਸਟਾਕ ਨੇ ਇਸ ਪੂਰੇ ਆਪਰੇਸ਼ਨ ਦੇ ਵਿੱਚ 8 ਮੰਡੀਆਂ ਦੇ ਵਿੱਚ ਆਪਣੇ ਵੈਟਰਨਰੀ ਕੈਂਪ ਸਟੈਬਲਿਸ਼ ਕੀਤੇ ਨੇ ਇਸ ਤੋਂ ਇਲਾਵਾ ਲਾਹੌਰ ਦੇ 6 ਐਂਟਰੀ ਪੁਆਇੰਟਸ ਦੇ ਉੱਤੇ ਸਾਡੀ ਸਪਰੇਅ ਟੀਮਾਂ ਬੈਠੀਆਂ ਜਿਹੜੀ ਚਿਚੜ ਮਾਰ ਸਪਰੇਅ ਕਰ ਰਹੀਆਂ ਆਂ ਔਰ ਸ਼ਬੋ ਰੋਜ਼ ਕਰ ਰਹੀਆਂ ਆਂ ਜਿਸ ਤਰ੍ਹਾਂ ਕੋਈ ਜਾਨਵਰ ਮੰਡੀ ਦੇ ਵਿੱਚ ਐਂਟਰ ਹੋਏਗਾ ਸਭ ਤੋਂ ਪਹਿਲੇ ਉਹਦੇ ਉੱਤੇ ਚਿਚੜ ਮਾਰ ਸਪਰੇਅ ਕੀਤਾ ਜਾਏਗਾ ਤਾਂ ਕਿ ਜਿਹੜੀ ਇਸ ਟਾਈਮ ਸਭ ਤੋਂ ਪ੍ਰੈਵਲੈਂਟ ਬਿਮਾਰੀ ਹੈ ਜਿਹੜੀ ਕਿ ਟਿਕਸ ਨੇ ਚਿਚੜ ਨੇ ਉਹਦੇ ਤੋਂ ਜਾਨਵਰ ਮਹਫੂਜ਼ ਹੋ ਜਾਏ ਜਿਹੜੀ ਕਿ ਮਜ਼ੀਦ ਸੌ ਹੋਰ ਬਿਮਾਰੀਆਂ ਦਾ ਕਾਰਨ ਬਣਦੇ ਨੇ ਉਸ ਤੋਂ ਬਾਅਦ ਜਾਨਵਰ ਨੇ ਜਦੋਂ ਅੰਦਰ ਵਾੜੀਆਂ ਚੱਲ ਜਾਣਾ ਤੇ ਫਿਰ ਸਾਡੇ ਵੈਟਰਨਰੀ ਕੈਂਪ ਤੋਂ ਟੀਮ ਨੇ ਨਿਕਲਣਾ ਜਿਨੇ ਸਵਾਲਾ ਵਾਈਜ਼ ਸੀਰੀਅਲ ਨੰਬਰ ਵਾਈਜ਼ ਉਹਨਾਂ ਦੇ ਉਤੇ ਚਿਚੜ ਮਾਰਸਪਰੇ ਕਰਨਾ ਹੈ ਇਸ ਤੋਂ ਬਾਅਦ ਜੇ ਅਗਰ ਜਾਨਵਰ ਬਿਮਾਰ ਹੋ ਗਿਆ ਹਵਲਤੇ ਇਸ ਤੋਂ ਬਾਅਦ ਜਾਨਵਰ ਹੋਂਦਾ ਨਹੀਂ ਇਨੀ ਇhtiyat ਤੋਂ ਬਾਅਦ ਬਿਮਾਰ ਹੋ ਗਿਆ ਤੇ ਕੈਂਪ ਦੇ ਉਤੇ ਡਾਕਟਰ ਤਿੰਨ ਸ਼ਿਫਟਾਂ ਦੇ ਵਿੱਚ ਮੌਜੂਦ ਦੇ ਉਹਦੇ ਨਾਲ ਸਟਾਫ ਵੀ ਮੌਜੂਦ ਦੇ لہذا ਜਾਨਵਰ ਜੋ ਬਿਮਾਰ ਹੋਏਗਾ ਤੇ ਅਸੀਂ ਉਹਨੂੰ ਹਰ ਕਿਸਮ ਦੀ ਬਿਮਾਰੀ ਦੀ ਮੈਡੀਸਨ ਸਾਡੇ ਕੋਲ ਮੌਜੂਦ ਹੈਗੀ ਹੈ ਅਸੀਂ ਉਹਦਾ ਬਿਹਤਰੀਨ ਇਲਾਜ ਮੌਲਜਾ ਕਰਨੇ ਆਂ ਔਰ ਇਸ ਤੋਂ ਇਲਾਵਾ 라이프스탁 디파트먼트 ਨੇ ਇਹ سہولت ਆਪਣੇ ਜਿਹੜੇ 스프레이 ਪੁਆਇੰਟਸ ਨੇ ਉਹਦੇ ਉੱਤੇ ਵੀ ਰੱਖੀ ਹੋਈ ਹੈ ਉੱਥੇ ਵੀ ਟੈਕਨੀਕਲ ਸਟਾਫ ਬੈਠਾ ਹੈ ਕਿਉਂ ਬੈਠਾ ਹੈ ਤਾਂ ਕਿ ਅਗਰ ਕੋਈ ਜਾਨਵਰ ਨੂੰ 스프레이 ਕਰਨ ਦੌਰਾਨ ਸਾਨੂੰ ਕੋਈ ਬਿਮਾਰੀ ਨਜ਼ਰ ਆ ਗਈ ਹੈ ਕੋਈ ਜ਼ਖਮ ਨਜ਼ਰ ਆ ਗਿਆ ਹੈ ਕਿਸੇ ਕਿਸਮ ਦੀ ਕੋਈ ਹੋਰ ਇਲਨਸ ਨਜ਼ਰ ਆ ਗਈ ਹੈ ਤੇ ਅਸੀਂ ਉਸ ਮੌਕੇ ਤੇ ਟਰੀਟ ਕਰ ਸਕੀਏ ਅੱਛਾ ਡਾਕਟਰ ਸਾਹਿਬ ਐਸੇ ਬੰਦੇ ਜਿਹੜੇ ਨਾਜ਼ਰੀਨ ਸਾਡਾ ਪ੍ਰੋਗਰਾਮ ਵੇਖ ਰਹੇ ਨੇ ਜਿਸ ਲਈ ਅਸੀਂ ਬੱਕਰੇ ਜਾਂ ਵੱਡੇ ਜਾਨਵਰ ਘਾਰ ਲੈ ਜਾਂਦੇ ਆ ਤੇ ਫਿਰ ਘਰ ਜਾ ਕੇ ਇਹਨਾਂ ਨੂੰ ਕੀ ਖਿਲਾਣਾ ਹੈ ਇਹਨਾਂ ਦੀ ਖੁਰਾਕ ਹੈ ਕੀ ਜੀ ਸਭ ਤੋਂ ਪਹਿਲੇ ਤੇ ਆਇਆ ਕਿ ਤੁਸੀਂ ਜਦੋਂ ਜਾਨਵਰ ਨੂੰ ਟ੍ਰਾਂਸਪੋਰਟ ਕਰਕੇ ਕਾਰਲ ਜਾਂਦੇ ਹੋ ਜਾਨਵਰ ਹੀਟ ਦੇ ਵਿੱਚੋਂ ਜਾਂਦਾ ਹੈ ਸਫ਼ਰ ਕਰਕੇ ਜਾਂਦਾ ਹੈ ਫੌਰੀ ਤੌਰ ਤੇ ਉਹਨੂੰ ਖਿਲਾਣ ਪਿਲਾਣ ਦੀ ਕੋਸ਼ਿਸ਼ ਨਾ ਕਰੋ ਉਹਨੂੰ ਜਾ ਕੇ ਪਹਿਲੇ ਰੈਸਟ ਕਰਨ ਦਿਓ ਉਹਦਾ ਬਾਡੀ ਟੈਂਪਰੇਚਰ ਨਾਰਮਲ ਹੋਵੇ ਔਰ ਜਦੋਂ ਉਹਦੀ ਬਾਡੀ ਐਟ ਰੈਸਟ ਆ ਜਾਏਗੀ ਉਸ ਤੋਂ ਬਾਅਦ ਸਭ ਤੋਂ ਪਹਿਲੇ ਉਹਨੂੰ ਥੋੜਾ ਜਿਹਾ ਪਾਣੀ ਪਿਲਾਓ ਪਾਣੀ ਪਿਲਾਓਗੇ ਤੇ ਉਹਦੀ ਬਾਡੀ ਕੂਲ ਡਾਊਨ ਹੋ ਜਾਏਗੀ ਕੂਲਡਾਉਨ ਤੋਂ ਬਾਅਦ ਉਹਨੂੰ ਤੁਸੀਂ ਜੰਤਰ ਖਿਲਾ ਸਕਦੇ ਹੋ ਉਹਨੂੰ ਤੁਸੀਂ ਹਰੇ ਪੱਠੇ ਖਿਲਾ ਸਕਦੇ ਹੋ ਖਿਲਾਨ ਨੂੰ ਤੁਸੀਂ ਉਹਨਾਂ ਨੂੰ ਦਾਲਾਂ ਵੀ ਖਿਲਾ ਸਕਦੇ ਹੋ ਚਨੇ ਵੀ ਖਿਲਾ ਸਕਦੇ ਹੋ ਮੱਕੀ ਵੀ ਖਿਲਾ ਸਕਦੇ ਹੋ ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਕੁਰਬਾਨੀ ਜਾਨਵਰ ਹੁੰਦੇ ਨੇ ਇਹਨਾਂ ਦੀ ਕੋਰ ਤੇ ਮੁਦਾਫਤ ਲੋ ਹਈ ਹੁੰਦੀ ਹੈ ਜਦੋਂ ਅਸੀਂ ਇਹਨਾਂ ਨੂੰ ਓਵਰ ਫੀਡ ਕਰਨੇ ਆ ਖਾਸ ਤੌਰ ਤੇ ਚਨੇ ਔਰ ਦਾਲਾਂ ਨਾਲ ਸਾਨੂੰ ਲੱਗਦਾ ਕਿ ਅਸੀਂ ਇਹਨਾਂ ਨੂੰ 4 5 6 ਦਿਨ ਦੇ ਵਿੱਚ ਮੋਟਾ ਕਰ ਲਵਾਂਗੇ ਇਸ ਤਰ੍ਹਾਂ ਹੁੰਦਾ ਨਹੀਂ ਉਹਦਾ ਸਭ ਤੋਂ ਪਹਿਲਾ ਮਸਲਾ ਹੁੰਦਾ ਹੈ ਕਿ ਜਾਨਵਰ ਨੂੰ ਡਾਇਰੀਆ ਲੱਗ ਜਾਂਦਾ ਹੈ ਮੋਸਟ ਜਿਹੜੀ ਸਾਨੂੰ ਸ਼ਿਕਾਇਤ ਮਿਲਦੀ ਏ ਕੁਰਬਾਨੀ ਦੇ ਜਾਨਵਰਾਂ ਚ ਜਿਹੜਾ ਅਸੀਂ ਘਰਾਂ ਜਾ ਕੇ ਜੰਗਰਾਂ ਇਲਾਜ ਕਰਨੇ ਆ ਖਾਸ ਕਰਕੇ ਕੁਰਬਾਨੀ ਦੇ ਡੇਜ਼ ਦੇ ਵਿੱਚ ਉਹਦੇ ਵਿੱਚ ਆ ਕਿ ਜਾਨਵਰ ਨੂੰ ਡਾਇਰੀਆ ਲੱਗਾ ਹੈ ਔਰ ਜੀ ਹਿਸਟਰੀ ਲਵੋਤੇ ਉਹਦਾ یہی ਹੁੰਦਾ ਹੈ ਕਿ ਨਾ ਜੀ ਚਨੇ ਖਵਾਤੇ ਨੇ ਦਾਲਾਂ ਖਵਾਤੀਆਂ ਅੱਛਾ ਚਨੇ ਦਾਲਾਂ ਨਹੀਂ ਵੈਸੇ ਵੀ ਅਗਰ ਤੁਸੀਂ ਉਹਨੂੰ ਓਵਰ ਫੀਡ ਕਰੋਗੇ ਕਿਉਂਕਿ ਉਹ ਸਫਰ ਕਰਕੇ ਆਇਆ ਹੈ ਉਹਦਾ ਹਾਜ਼ਮਾ ਸਿਸਟਮ ਤੇਜ਼ ਨਹੀਂ ਹੈਗਾ لہذا ਸਾਡੀ ਜਿਹੜੇ ਲਾਹੌਰ ਦੇ 9 ਜ਼ੋਨਸ ਨੇ ਉਹਦੇ ਵਿੱਚ ਸਾਡੀਆਂ 9 ਮੋਬਾਈਲ ਡਿਸਪੈਂਸਰੀਆਂ ਔਨ ਕਾਲ ਹਰ ਟਾਈਮ ਮੌਜੂਦ ਰਹਿੰਦੀਆਂ ਨੇ اچھا ਡਾਕਟਰ ਸਾਹਿਬ ਇਹ ਦੱਸੋ ਕਿ ਕੁਝ ਵਪਾਰੀ ਭਰਾ ਜਿਹੜੇ ਨੇ ਉਹ ਬੇਸਣ ਵਾਲਾ ਪਾਣੀ ਮਿਲਿਆ ਵੀ ਪਿਲਾ ਦਿੰਦੇ ਨੇ ਤੇ ਉਹ ਅਗਰ ਪਾਣੀ ਪਿਲਾਇਆ ਹੋਵੇ ਤੇ ਫਿਰ ਘਰ ਉੱਡ ਜਾ ਕੇ ਅਸੀਂ ਕੀ ਕਰਨਾ ਪਹਿਲਾ ਕੰਮ ਸਭ ਤੋਂ ਪਹਿਲੇ ਤੇ ਹੈ ਕਿ ਤੁਸੀਂ ਇੱਥੇ ਵੀ ਚੈੱਕ ਕਰਨਾ ਹੈ ਕਿ ਜਾਨਵਰ ਦਾ ਜਿਹੜਾ ਪੇਟ ਉਹਨੂੰ ਤੁਸੀਂ ਜਦੋਂ ਹੱਥ ਲਾਓਗੇ ਔਰ ਅਗਰ ਉਹਦੇ ਚ ਡਰਮ ਲਾਈਕ ਸਾਊਂਡ ਆ ਰਹੀ ਹੈ ਇਹਦਾ ਮਤਲਬ ਹੈ ਕਿ ਉਹਦੇ ਚ ਜਾਂ ਉਹ ਫੁੱਲਿਆ ਹੋਇਆ ਹੈ ਗੈਸ ਬਣੀ ਹੋਈ ਹੈ ਬਿਵਾਰੀ ਕੀ ਕਰਦੇ ਨੇ ਜਾਂ ਬੇਸਨ ਦਾ ਪਾਣੀ ਜਾਂ ਸੋਡੇ ਵਾਟਰ ਪਾਉਂਦੇ ਨੇ ਬਹੁਤ ਜ਼ਿਆਦਾ ਉਹ ਪੇਟ ਫੁੱਲ ਜਾਂਦਾ ਸਾਨੂੰ ਲੱਗਦਾ ਸ਼ਾਇਦ ਜਾਨਵਰ ਦਾ ਪੇਟ ਬਹੁਤ ਮੋਟਾ ਹੈ ਬੜਾ ਗੋਸ਼ਤ ਦਾ ਜਾਨਵਰ ਹੈ ਲੇਕਿਨ ਜਾ ਕੇ ਜਦੋਂ ਜਾਨਵਰ ਨੂੰ ਡਾਇਰੀਆ ਲੱਗਣਾ ਹੈ ਔਰ ਉਹ ਸਾਰਾ ਕੁਝ ਨਿਕਲ ਜਾਣਾ ਹੈ ਤੇ ਫਿਰ ਸਾਨੂੰ ਅੰਦਾਜ਼ਾ ਹੁੰਦਾ ਕਿ ਜਾਨਵਰ ਤੇ ਬਹੁਤ ਪਤਲਾ ਹੈਗਾ ਤੁਸੀਂ ਇਹਦਾ ਕੰਮ ਇਹ ਕਰਨਾ ਕਿ ਅਗਰ ਇਸ ਤਰ੍ਹਾਂ ਦਾ ਉਹਨੇ ਪੇਟ ਫੁਲੇ ਹੋਇਆ ਹੈ ਤੇ ਉਹਨੂੰ ਜਾ ਕੇ ਖਾਣਾ ਪੀਣਾ ਉਹਨਾਂ ਕੁਝ ਨਹੀਂ ਕਰਨਾ ਉਹਨੂੰ ਆਫ ਫੀਡ ਕਰਨਾ ਹੈ ਉਹਨੂੰ ਖੁਰਾਕ ਤੋਂ ਥੋੜੀ ਜਿਹਾ ਦੂਰ ਰੱਖਣਾ ਹੈ ਪਾਣੀ ਪਿਲਾਣਾ ਹੈ ਅਗਰ ਉਹ ਡਾਇਰੀਆ ਕਰਨਾ ਸ਼ੁਰੂ ਕਰਤਾ ਹੈ ਤੇ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲੇ ਤੇ ਜਾਨਵਰ ਨੂੰ ਕਿਉਂਕਿ ਹੀਟ ਸਟ੍ਰੋਕ ਹੋ ਰਿਹਾ ਹੈ ਜਾਨਵਰ ਨੂੰ ORS ਦੇਣਾ ਸ਼ੁਰੂ ਕਰੋ ਪਾਣੀ ਦੇ ਵਿੱਚ ਸਿੰਪਲ ORS ਜਿਹੜਾ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਔਰ ਉਹੀ ਪਾਣੀ ਤੁਸੀਂ ਅਗਰ ਪਿਲਾਉਂਦੇ ਰੋਗੇ ਜਾਨਵਰ ਨੂੰ ਉਹਦੀ ਜਿਹੜੀ ਮਿਨਰਲਸ ਦੀ ਨਮਕੀਅਤ ਦੀ ਕਮੀ ਉਹ ਪੂਰੀ ਹੁੰਦੀ ਰਹੇਗੀ ਬੜੀ ਆਸਾਨ ਜਈਏ ਦਿਨ ਵੇਲੇ ਆ ਕੇ ਜਾਨਵਰ ਖਰੀਦੋ ਜੇ ਰਾਤ ਨੂੰ ਖਰੀਦ ਰਹੇ ਤਾਂ ਫਿਰ ਜ਼ਰਾ ਕੋ ਰੋਸ਼ਨੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਜਾਨਵਰ ਨੂੰ ਚਲਾ ਫਰਾ ਕੇ ਵੇਖ ਲਿਆ ਜਾਏ ਕੋਈ ਪੈਰ ਤੇ ਨਹੀਂ ਖਰਾਬ ਕੋਈ ਉਹਦਾ ਕੰਨ ਤੇ ਜ਼ਖਮ ਤੇ ਨਹੀਂ ਹੈ ਉਹਦੀਆਂ ਅੱਖਾਂ ਚੈੱਕ ਕਰ ਲੋ ਜਿल्ड ਦੇ ਉੱਤੇ ਹੱਥ ਪੈਰ ਕੇ ਦੇਖ ਲੋ ਉਹ ਮਲਾਈਮ ਹੋਣੀ ਚਾਹੀਦੀ ਹੈ ਤੇ ਦੂਸਰਾ ਅਗਰ ਕੋਈ ਵੱਡਾ ਜਾਨਵਰ ਹੈ ਗਾਂ ਕੀ ਹੈ ਤੇ ਤੁਹਾਨੂੰ ਅਗਰ ਸ਼ੁਭਾ ਪੈ ਜਾਏ ਕਿ ਗੱਬਨ ਨੇ ਤੇ ਡਾਕਟਰ ਸਾਹਿਬ ਕੋਲ ਚੱਕਰ ਆ ਲੋ ਫੀਸ ਵੀ ਕੋਈ ਨਹੀਂ ਗਈ ਤੇ ਫਿਰ ਜਿਸਲੇ ਘਾੜ ਲੈ ਕੇ ਜਾਣੇ ਨੇ ਜਾਨਵਰ ਤੇ ਇਹਨਾਂ ਨੂੰ ਘਰ ਜਾ ਕੇ ਬੋਤਲਾਂ ਸੋਡੇ ਦੀਆਂ ਜਾਂ ਜਲੇਬੀਆਂ ਜਾਂ ਕੋਈ ਦੂਸਰੀ ਬਰਫੀਆਂ ਇਹ ਨਹੀਂ ਖਾਣੀਆਂ ਇਹਨਾਂ ਦੀ ਖੁਰਾਕ ਨਹੀਂ ਹੈ ਇਹ ਚਾਰੋਂ ਹੁੰਦੇ ਨੇ ਇਹਨਾਂ ਨੂੰ ਸਭ ਚਾਰਾ ਦੇਣਾ ਹਾਂ ਦਾਣਾ ਪਾ ਸਕਦੇ ਹੋ ਬੱਕਰਾ ਹੋਵੇ ਤੇ ਅੱਧ ਪਾ ਦਾਣਾ ਬੜਾ ਹੈ ਲੇਕਿਨ ਉਸ ਤੋਂ ਪਹਿਲੇ ਪਾਣੀ ਭਿਲਾ ਦੇਣਾ ਜਿਸਲੇ ਦਾਣਾ ਖਿਲਾ ਦੇਣਾ ਉਸ ਤੋਂ ਬਾਅਦ ਪਾਣੀ ਨਹੀਂ ਦੇਣਾ ਵਰਨਾ ਉਫਾਰਾ ਹੋ ਜਾਏਗਾ ਤੇ ਆਪਾਂ ਇਹ ਮਹਿਮਾਨ ਹੁੰਦੇ ਨੇ 1-2 ਦਿਨ ਦੇ ਤੇ ਇਹਨਾਂ ਦੇ ਨਾਲ ਪਿਆਰ ਕਰੋ ਤੇ ਜਿਸਲੇ ਵਕਤ ਆ ਜਾਏ ਕੁਰਬਾਨੀ ਕਰਨ ਦਾ ਤੇ ਡਾਕਟਰ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਏ ਕਿ ਇਹਨਾਂ ਨੂੰ ਪਹਿਲੇ ਪਾਣੀ ਪਿਲਾਓ ਛੁਰੀ ਤੇਜ਼ ਕਰਨੀ ਚਾਹੀਦੀ ਏ ਤਕਬੀਰ ਪੜੋ ਔਰ ਜਨਾਬ ਕਸਾਈ ਜਿਹੜਾ ਏ ਉਹਦਾ ਅੱਛਾ ਇੰਤਖਾਬ ਕਰੋ ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਇਜਾਜ਼ਤ ਦਿਓ ਅੱਲਾ ਬੇਲੀ